ਹੈਲੋ ਸਟੂਡੈਂਟਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਜਮਾਤ 12ਵੀਂ ਵਾਲਿਆਂ ਦਾ ਲਾਜ਼ਮੀ ਪੰਜਾਬੀ ਦਾ ਪੇਪਰ ਜਿਹੜਾ ਕਿ ਬਹੁਤ ਇੰਪੋਰਟੈਂਟ ਪੇਪਰ ਹੈ ਥੜਾ 2 ਫਰਵਰੀ ਵਾਲੇ ਦਿਨ ਜਿਹੜਾ ਕਿ ਹੋਣ ਜਾ ਰਿਹਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਆਪਾਂ ਦੇਖਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬੱਚੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਬੋਰਡ ਵੱਲੋਂ ਜਾਰੀ ਹੈ ਜਿਹੜਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤਾ ਗਿਆ ਹੈ ਪੇਪਰ ਹੈ ਇਸ ਦੇ ਪੇਪਰ ਹੀ ਮੋਸਟ ਐਕਸਪੈਕਟਿਡ ਕੁਐਸਚਨ ਨੇ ਜਿਹੜੇ ਕਿ ਆ ਸਕਦੇ ਨੇ ਤਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਇੱਕ ਰਿਕੁਐਸਟ ਹੈਗੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਜਿਹੜੇ ਬੱਚੇ ਕਹਿੰਦੇ ਨੇ ਇੱਥੇ ਅੱਗੇ ਕਰ ਦਿੰਦੇ ਨੇ ਵੀਡੀਓ ਨੂੰ ਸਕਿਪ ਕਰ ਦਿੰਦੇ ਆ ਬਾਅਦ ਵਿੱਚ ਉਹਨਾਂ ਨੂੰ ਨਹੀਂ ਪਤਾ ਲੱਗਦਾ ਵਿਦ ਸੋਲੂਸ਼ਨ ਹੈ ਪੂਰੀ ਵੀਡੀਓ ਠੀਕ ਹੈ ਫਰਸਟ ਕੁਐਸਚਨ ਹੈਗਾ ਆਪਣੇ ਦੇਸ਼ ਸਭ ਤੋਂ ਪਹਿਲਾਂ 100 ਨੰਬਰ ਦਾ ਜਿਹੜਾ ਕਿ ਪੇਪਰ ਹੋਵੇਗਾ ਲਿਖਤੀਆਂ ਕੱਸੀ ਮਿਲਣਗੇ 20 ਨੰਬਰ ਤੁਹਾਡੀ ਇੰਟਰਨਲ ਦੀ ਹੋਗੀ ਠੀਕ ਹੈ ਜਿਹੜਾ ਫਰਸਟ ਹੈਗਾ 2-2 ਨੰਬਰਾਂ ਦੇ ਕੁਐਸਚਨ ਨੇ 5 10 ਜਿਹੜੇ ਨੰਬਰ ਅੰਕ ਇੱਥੇ ਹੋਣਗੇ ਠੀਕ ਹੈ ਧਿਆਨ ਨਾਲ ਕਰਿਓ ਆਪਣਾ ਦੇਸ਼ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਮ ਲਿਖਣਾ ਤਾਂ ਕਿਹੜਾ ਹੈ ਉਹਦਾ ਪਾਤਰ ਨਰਿੰਜਨ ਸਿੰਘ ਉਹਦੇ ਅੱਗੇ ਆਏਗਾ ਤਲੀਪ ਕੋਟ ਦੀਵਾਨਾ ਦੀ ਕਿਹੜੀ ਕਹਾਣੀ ਲਾਜ਼ਮੀ ਪੰਜਾਬੀ 12ਵੀਂ ਪਾਠ ਪੁਸਤਕ ਚ ਸ਼ਾਮਿਲ ਹੈ ਤਾਂ ਕਿਹੜੀ ਹੈਗੀ ਸਤਿਆਾਂ ਸੇ ਅਗੇ ਨੈਕਸਟ ਹੈਗਾ ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ ਤਾਂ ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ ਗੂਗੇ ਪੀਰ ਦੀ ਇਸਤਰੀਆਂ ਦੇ ਕਿਸੇ ਦੇ ਲੋਕ ਨਾਚਾਂ ਦੇ ਨਾਮ ਲਿਖੋ ਤਾਂ ਗਿੱਧਾ ਜਾਂ ਸੰਮੀ ਤੁਸੀਂ ਨਾਮ ਦੇ ਸਕਦੇ ਆ ਨੈਕਸਟ ਵਗਦੇ ਪਾਣੀ ਨਾ ਦੀ ਕਵਿਤਾ ਦੇ ਕਵੀ ਕੌਣ ਸਨ ਤਾਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਤਾਂ ਤੁਸੀਂ ਨੀਚੇ ਆਨਸਰ ਦੇਖ ਸਕਦੇ ਹੋ ਬੱਚਿਓ ਇਸ ਤੋਂ ਅੱਗੇ ਆਪਾਂ ਨੈਕਸਟ ਦੇਖਦੇ ਆਂ ਤੇ ਬੱਚਿਓ ਇੱਕ ਰਿਕੁਐਸਟ ਹੋਰ ਸੀਗੀ ਤੇ ਵੀਡੀਓ ਨੂੰ ਐਂਡ ਤੱਕ ਜਦੋਂ ਦੇਖਦੇ ਹੁੰਦੇ ਤਾਂ ਕਮੈਂਟ ਜਰੂਰ ਕਰਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤਾਂ ਹੁਣ ਨੈਕਸਟ ਹੈਗਾ ਨੀਲੀ ਕਹਾਣੀ ਵਿੱਚ ਗਵਾਲੇ ਦੇ ਚਰਿੱਤਰ ਦੇ ਗੁਣ ਕਿਹੜਾ ਸੀਗਾ ਤਾਂ ਆਪਾਂ ਦੇਖਦੇ ਆਂ ਇਹਦਾ ਆਨਸਰ ਤਾਂ ਆਪਾਂ ਦੇਖ ਸਕਦੇ ਆ ਇਸਦਾ ਹੈਗਾ ਆਨਸਰ ਵਪਾਰਿਕ ਰੁਚੀ ਵਾਲਾ ਸੀਗਾ ਅੱਗੇ ਨੈਕਸਟ ਹੈਗਾ ਜੀਤੋ ਕਿਹੜੀ ਕਹਾਣੀ ਦੀ ਮੁੱਖ ਪਾਤਰ ਹੈ ਤਾਂ ਕਿਹੜੀ ਕਹਾਣੀ ਦੀ ਮੁੱਖ ਪਾਤਰ ਸੀ ਕੀ ਘਰ ਜਾ ਆਪਣੇ ਨੈਕਸਟ ਹੈਗਾ ਰਿਗਵੇਦ ਦੇ ਸਮੇਂ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਸਭ ਨੂੰ ਪਤਾ ਹੈ ਸਪੱਸੇਦੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਹੁਣ ਆਪਾਂ ਨੈਕਸਟ ਕੁਐਸਚਨ ਦੇਖਦੇ ਆ ਮਨੁੱਖ ਖੇਡ ਖੇਡਣ ਦਾ ਗੁਣ ਕਿਸ ਨੇ ਭਰਿਆ ਹੈ ਤਾਂ ਮਨੁੱਖ ਵਿੱਚ ਖੇਡਣ ਦਾ ਗੁਣ ਕਿਹਨੇ ਭਰਿਆ ਕੁਦਰਤ ਨੇ ਵੇਗਾ ਨੈਕਸਟ ਕੁਐਸ਼ਨ ਹੈ তাজਮਹਿਲ ਕਵਿਤਾ ਪੜ੍ਹ ਕੇ ਕਵੀ ਦੀ ਹਮਦਰਦੀ ਕਿਸ ਤੇ ਨਾਲ ਜਾਪਦੀ ਹੈ ਤਾਂ ਕਿਹੜੀ ਤੇ ਨਾਲ ਜਾਪਦੀ ਸ਼ੋਸ਼ਿਤ ਤੇ ਨਾਲ ਹੋ ਆਪਾਂ ਨੈਕਸਟ ਕੁਐਸ਼ਨ ਦੇਖਦੇ ਹਾਂ ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ ਤੇ ਕਿਹੜਾ ਕਥਨ ਗਲਤ ਹੈ ਤਾਂ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀ ਪਤਨੀ ਦਾ ਰਿਕਸ਼ੇ ਵਾਲੇ ਨਾਲ ਝਗੜਾ ਇਸ ਲਈ ਹੋਇਆ ਸੀ ਕਿਉਂਕਿ ਉਹ ਤੈਹ ਕੀਤੇ ਪੈਸੇ ਮੰਗਦਾ ਸੀ ਤਾਂ ਇਸ ਦਾ ਆਨਸਰ ਹੈਗਾ ਗਲਤ ਬੱਚੇ 2 ਮਾਰਕਸ ਦਾ ਵੀ 10 ਮਾਰਕਸ ਦਾ ਧਿਆਨ ਰੱਖਿਓ ਨੀਲੀ ਦੀ ਵੱੱਛੀ ਇੱਕ ਗਲਤ ਜਾਊਗਾ ਦੋ ਨੰਬਰ ਕੱਟੇ ਜਾਣੇ ਨੇ ਨੀਲੀ ਦੀ ਵੱੱਛੀ ਦੀ ਸ਼ਕਲ ਨੀਰੀ ਪੂਰੀ ਨੀਲੀ ਵਰਗੀ ਸੀ ਤਾਂ ਇਸ ਆਨਸਰ ਹੈਗਾ ਸਹੀ ਅੰਗਰੇਜ਼ੀ ਭਾਸ਼ਾ ਵਿੱਚ ਸੱਭਿਆਚਾਰ ਲਈ ਕਲਚਰ ਸ਼ਬਦ ਵਰਤਿਆ ਜਾਂਦਾ ਹੈ ਤਾਂ ਇਸ ਆਨਸਰ ਵੀ ਹੈਗਾ ਸਹੀ ਬਾਗ ਦੀ ਕੜਾਈ ਦੀ ਲੋਕ ਕਲਾ ਵਿੱਚ ਵਿਸ਼ੇਸ਼ਤਾ ਹੈ ਇਸ ਆਨਸਰ ਵੀ ਹੈਗਾ ਗਲਤ ਠੀਕ ਹੈ ਅੱਗੇ ਨੈਕਸਟ ਹੈਗਾ ਪੁਰਾਣੇ ਪੰਜਾਬ ਨੂੰ ਆਵਾਜ਼ ਕਵਿਤਾ ਦੇ ਕਵੀ ਨੂੰ ਮਨੁੱਖਾਂ ਦੀ ਪੂਜਾ ਦੀ ਥਾਂ ਟਿੱਕਰਿਆ ਦੀ ਪੂਜਾ ਕਰਨ ਦਾ ਦੁੱਖ ਹੈ ਤਾਂ ਇਸ ਆਨਸਰ ਹੈਗਾ ਸਹੀ ਹੁਣ ਆਪਾਂ ਨੈਕਸਟ ਕੁਐਸਚਨ ਦੇਖਦੇ ਆਂ ਖਾਲੀ ਥਾਵਾਂ ਭਰੋ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਡੈਸ਼ ਜਣ ਤਾਂ ਇਸ ਦਾ ਆਨਸਰ ਕੀ ਆਏਗਾ ਨਿਆਣੇ ਰਿਸ਼ਤੇਦਾਰ ਬੱਚੇ ਤਾਂ ਇਸ ਦਾ ਆਨਸਰ ਕੀ ਆਵੇਗਾ ਬੱਚੇ ਤਾਂ ਆਪਾਂ ਕਿਸ ਤੇ ਟਿਕ ਲਗਾਵਾਂਗੇ ਬੱਚੇ ਘੜੇ ਨੂੰ ਹੱਥ ਲਾਇਆ ਸਾਰਾ ਡੈਸ਼ ਤੇ ਆਇਆ ਤਾਂ ਇਸ ਦਾ ਆਨਸਰ ਕੀ ਆਏਗਾ ਟੱਬਰ ਅਗੇ ਨੈਕਸਟ ਹੈਗਾ ਪੰਜਾਬੀਆਂ ਵਿੱਚ ਵਿਦੇਸ਼ ਜਾਣਾ ਦਾ ਰੁਝਾਨ ਡੈਸ਼ ਹੈ ਤਾਂ ਇਸ ਦੇ ਵਿੱਚ ਕੀ ਹੈਗਾ ਵਧਿਆ ਜੀ ਕੇ ਅੱਗੇ ਹੈਗਾ ਡੈਸ਼ ਪੰਜਾਬ ਦਾ ਸਿਰਤਾਜ ਲੋਕਨਾਚ ਹੈ ਤੇ ਕਿਹੜਾ ਹੈਗਾ ਇਹਦਾ ਪੰਜਾਬ ਦਾ ਤਾਂ ਇੱਥੇ ਅਪ ਕੀ ਲਗਾਵਾਂਗੇ ਕੀਤਾ ਨੈਕਸਟ ਹੈਗਾ ਕਵਿਤਾ ਦੋਸਤਾਂ ਵਿੱਚ ਕਵੀ ਨੂੰ ਮਨੁੱਖ ਦੀ ਮੰਜ਼ਿਲ ਡੈਸ਼ ਦੀ ਵਿੱਤ ਤੇ ਨਜ਼ਰ ਆਉਂਦੀ ਹੈ ਤਾਂ ਇੱਥੇ ਕਿਤੇ ਧਿਆਨ ਦੀ ਹੈ ਦੋ ਕਦਮਤ ਤਾਂ ਦੋ ਕਦਮਾਂ ਇਸ ਦਾ ਆਨਸਰ ਹੈ ਹੁਣ ਆਪਾਂ ਨੈਕਸਟ ਦੇਖਦੇ ਹਾਂ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਲਿਖਣੇ ਆ ਪੇਸ਼ਕਾਰੀ ਦੇ ਪੱਖੋਂ ਨਕਲਾਂ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਹਨ ਤਾਂ ਪੇਸ਼ਕਾਰੀ ਦੇ ਪੱਖੋਂ ਅਨਸਰ ਦੇਖ ਸਕਦੇ ਹੋ ਪੇਸ਼ਕਾਰੀ ਦੇ ਪੱਖੋਂ ਨਿੱਕੀਆਂ ਨਕਲਾ ਲੰਮੀਆਂ ਨਕਲਾ ਨਿੱਕੀਆਂ ਨਕਲਾ ਵਿੱਚ ਕੇਵਲ ਦੋ ਹੀ ਕਲਾਕਾਰ ਹੁੰਦੇ ਹਨ ਜਿਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਚਮੂਟਾ ਤੇ ਦੂਜੇ ਦੇ ਹੱਥ ਵਿੱਚ ਤਬਲਾ ਜਦੋਂ ਤਬਲੇ ਵਾਲਾ ਕੋਈ ਬੇਤੁਕੀ ਨਾਲ ਗੱਲ ਕਰਦਾ ਹੈ ਤਾਂ ਚਮੂਟੇ ਵਾਲਾ ਉਸ ਦੇ ਚਮੂਟਾ ਮਾਰਦਾ ਹੈ ਜਿਸ ਨਾਲ ਹਾਸਾ ਪੈਦਾ ਹੁੰਦਾ ਹੈ ਤੇ ਇਸ ਲਈ 5 ਤੋਂ 10 ਮਿੰਟ ਦੀ ਚੱਕੀ ਵਿੱਚ ਇੱਕ ਹਾਸਾ ਰਸੀ ਸਿਖਰ ਉਸਾਰੇ ਜਾਂਦਾ ਹੈ ਇਸ ਦਾ ਆਰੰਭ ਸਧਾਰਨ ਗੱਲਬਾਤ ਨਾਲ ਹੁੰਦਾ ਹੈ ਮਦ ਵਿੱਚ ਲਟਕਾਉ ਹੁੰਦਾ ਹੈ ਤੇ ਅੰਤ ਬੰਬ ਵਾਂਗ ਫਟਦਾ ਹੈ ਤਾਂ ਬੱਚਿਓ ਇੰਨਾ ਕੀ ਲਿਖ ਕੇ ਆਇਓ ਨੈਕਸਟ ਕੁਐਸਚਨ ਦੇਖਦੇ ਆਂ ਪੰਜਾਬੀ ਸੱਭਿਆਚਾਰ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਖਾਣ ਪੀਣ ਵਿੱਚ ਆਈ ਤਬਦੀਲੀ ਬਾਰੇ ਚਾਨਣਾ ਪਾਓ 3 ਮਾਰਕਸ ਦਾ ਕੁਐਸਚਨ ਹੈ ਮੋਸਟ ਇੰਪੋਰਟੈਂਟ ਆਦਾ ਬੱਚਿਓ 3-3 ਮਾਰਕਸ ਦੇ ਆ ਤਾਂ ਧਿਆਨ ਨਾਲ ਕਰਕੇ ਆਇਓ ਪੇਪਰ ਦੇ ਵਿੱਚ ਤਾਂ ਇਸ ਦਾ ਆਨਸਰ ਹੈਗਾ ਪੰਜਾਬੀ ਸੱਭਿਆਚਾਰ ਪਿਛਲੇ ਕੁਝ ਦਹਾਕਿਆਂ ਤੋਂ ਖਾਣ ਪੀਣ ਵਿੱਚ ਬਹੁਤ ਤਬਦੀਲੀ ਆਈ ਹੈ ਲੋਕਰ ਵਾਇਤੀ ਖਾਣਿਆ ਦਾਲ ਸਬਜੀ ਸਾਗ ਰੋਟੀ ਖੀਰ ਕੜਾ ਮਿੱਠੇ ਚੋਰ ਲੱਡੂ ਜਲੇਬੀਆਂ ਸ਼ਕਰਪਾਰੇ ਲੱਸੀ ਸਕੰਜਮੀ ਸ਼ਰਬਾ ਠੰਡਾਈ ਤੇ ਸੱਤੂ ਆਦਿ ਦੇ ਪੀਜ਼ੇ 버ਗਰ ਹੋਟ ਡੌਗ ਚਾਕਲੇਟ ਟਾਫੀਆਂ ਕੋਲਡ ਡਰਿੰਕਿੰਗ ਦੀ ਵਰਤੋਂ ਵਧੇਰੇ ਕਰਦਾ ਕਰਨ ਲੱਗੇ ਬੇਸ਼ੱਕ ਸੱਭਿਆਚਾਰ ਦੇ ਮੇਲ ਨਾ ਲੋਕਾਂ ਦੇ ਖਾਣੇ ਸਾਂਝੇ ਹੁੰਦੇ ਰਹਿੰਦੇ ਹਨ ਪਰੰਤੂ ਸਾਡਾ ਆਪਣੇ ਆਲੇ ਦੁਆਲੇ ਵਿੱਚ ਪੈਦਾ ਹੋਏ ਪਦਾਰਥ ਤੇ ਘਰਾਂ ਵਿੱਚ ਜਾਂ ਘਰਾਂ ਦੇ ਨੇੜੇ ਬਣੇ ਖਾਣਿਆਂ ਨੂੰ ਛੱਡ ਕੇ ਜੰਕ ਫੂਡ ਤੇ ਡੱਬਾ ਬੰਦ ਖਾਣਿਆਂ ਵੱਲ ਰੁਚੀਤ ਹੋਣਾ ਸਿਹਤਮੰਦ ਦੀ ਨਿਸ਼ਾਨੀ ਨਹੀਂ ਠੀਕ ਹੈ ਤਾਂ ਦੋ ਕੁਐਸਚਨ ਕਰੇ ਸੀ ਬੱਚੋ ਉੱਪਰ ਤੁਸੀਂ ਦੇਖਦੇ ਕਿਸੇ ਦੋ ਪ੍ਰੈਸ਼ਨ ਤਾਂ ਤੁਸੀਂ ਇਹ ਵੀ ਕੁਐਸਚਨ ਧਿਆਨ ਨਾਲ ਯਾਦ ਕਰ ਲਿਓ ਪੰਜਾਬ ਦੇ ਮੋਇਲਿਆਂ ਦੀ ਕਿਹੜੀ-ਕਿਹੜੀ ਵਿਸ਼ੇਸ਼ਤਾ ਹੈ ਸ਼ੱਕਰਭੱਜੀ ਲੋਕ ਖੇਡ ਬਾਰੇ ਜਾਣਕਾਰੀ ਦਿਓ ਲੋਕ ਕੀਤਾ ਦੀ ਵਿਸ਼ੇਸ਼ਤਾ ਉਦਾਹਰਣ ਸੈੱਦਿਓ ਠੀਕ ਹੈ ਹੁਣ ਆਪਾਂ ਨੈਕਸਟ ਦੇਖਦੇ ਹਾਂ ਤੁਹਾਡੇ ਕਸਬੇ ਵਿੱਚ ਦੋ ਪਹੀਏ ਵਾਹਨਾ ਦੀ ਮੰਗ ਦਿਨੋ-ਦਿਨ ਵਧ ਰਹੀ ਹੈ ਜਿਸ ਦੇ ਚਲਦਿਆਂ ਹੀਰੋ ਮੋਟਰਸ ਦਿੱਲੀ ਤੋਂ ਏਜੰਸੀ ਲੈਣ ਲਈ ਆਪਣੀ ਯੋਗਤਾ ਤੇ ਸਮਰੱਥਾ ਦੱਸਦੇ ਹਨ ਤਾ ਤੁਸੀਂ ਪਹਿਲਾਂ ਦੇਖਣਾ 224 ਬਾਗ ਬਾਹਰੀਆ ਕਪੂਰਥਲਾ ਰੋਡ ਜਲੰਧਰ ਹਵਾਲਾ 114 ਮਿਤੀ 16 ਅਗਸਤ ਠੀਕ ਹੈ ਅੱਗੇ ਹੈਗਾ ਡਿਵਿਲੀਮੈਂਟ ਅਫਸਰ ਭਾਰਤ ਜੀਵਨ ਬੀਮਾ ਨਿਗਮ ਜਲੰਧਰ LIC ਦਾ 에ਜੈਂਟ ਬਣਨ ਲਈ ਸ਼੍ਰੀਮਾਨ ਜੀ ਬੇਨਤੀ ਹੈ ਮੈਂ BA ਪਾਸ ਹਾਂ ਮਾਈਕਰੋਸਾਫਟ ਆਫਿਸ ਦਾ ਕੋਰਸ ਕੀਤਾ ਹੋਇਆ ਹੈ ਮੈਂ ਜੀਵਨ ਬੀਮਾ ਨਿਗਮ ਦਾ 에ਜੈਂਟ ਬੰਨਣਾ ਚਾਹੁੰਦਾ ਹਾਂ ਮੈਂ ਇਸ ਸੰਬੰਧੀ ਪ੍ਰੀ ਲਾਇਸੈਂਸਿੰਗ ਦਾ ਟੈਸਟ ਨੂੰ ਦੇਣ ਲਈ ਇਹਾਰੇ ਇਸ ਸੰਬੰਧੀ ਮੇਰਾ ਨਾਮ ਢਾਕਲ ਕਰ ਲਿਆ ਜਾਵੇ ਤੇ ਪ੍ਰੀਖਿਆ ਦੇ ਕੋਰਸ ਦੀ ਮਿਤੀ ਸੰਬੰਧੀ ਮੈਨੂੰ ਸੂਚਿਤ ਕੀਤਾ ਜਾਵੇ ਆਪ ਜੀ ਦਾ ਵਿਸ਼ਵਾਸਪਾਤਰ ਗੁਰਵਿੰਦਰ ਸਿੰਘ ਮੋਬਾ ਠੀਕ ਹੈ ਗਿਆ ਹੈਗਾ ਹੇਠ ਲਿਖੇ ਪੈ ਰਹੇ ਦੇ ਰਾਤ ਉਹਨੂੰ ਪੜਨਾ ਤੇ ਟੁਕਮਾ ਸਿਰਲੇਖ ਲਿਖਣਾ ਆ ਤੁਹਾਡੇ ਸਾਹਮਣੇ ਪੈਰਾ ਹੈਗਾ ਹੈ ਤਾਂ ਹੁਣ ਪੈਰੇ ਦੇ ਵਿੱਚੋਂ ਤਾਂ ਬੱਚਿਓ ਜਿਹੜਾ ਮੇਨ ਮੇਨ ਲਾਈਨਾਂ ਹੁੰਦੀਆਂ ਉਹ ਤੁਸੀਂ ਲਿਖਣੀਆਂ ਨੇ ਤੇ ਉਹਦਾ ਸਿਰਲੇਖ ਲਿਖਣਾ ਤਾਂ ਸਿਰਲੇਖ ਹੈਗਾ ਤੜਕੇ ਉੱਠਣਾ ਤਾਂ ਤੁਸੀਂ ਇਹ ਜਿਹੜਾ ਪੈਰੇ ਪੜ ਕੇ ਦੇਖ ਲਓ ਚਾਰ ਲਾਈਨਾਂ ਲਿਖੀਆਂ ਹੀ ਹੋਈਆਂ ਨੇ ਇਸ ਦੀਆਂ ਠੀਕ ਹੈ ਮੇਨ ਛੇਤੀ ਸੋਣਾ ਤੇ ਤੜ ਤੜ ਕੇ ਉੱਠਣਾ ਮਨੁੱਖ ਨੂੰ ਸੇਤ ਧਨ ਬੁੱਧੀ ਦੇ ਪ੍ਰਾਪਤੀ ਹੁੰਦੀ ਹੈ ਉਹ ਆਪਣੇ ਕੰਮ ਤੇ ਸਵਾਰ ਰਹਿੰਦਾ ਹੈ ਉਹ ਸਵੇਰੇ ਕਸਰਤ ਤੇ ਸੈਰ ਕਰਦਾ ਹੈ ਜੋ ਉਸ ਨੂੰ ਸਾਰਾ ਦਿਨ ਖੁਸ਼ੀ ਤੇ ਤਾਜ਼ਗੀ ਦਿੰਦਿਆਂ ਹਨ ਉਹ ਕੰਮ ਵਿੱਚ ਖੜਾ ਖੜਦਾ ਹੈ ਤੇ ਆਰਾਮ ਵੀ ਕਰਦਾ ਹੈ ਉੱਠਣ ਵਾਲੀ ਇਸਤਰੀ ਸਾਰਾ ਕੰਮ ਮੁਕਾ ਕੇ ਸਮੇਂ ਸਿਰ ਸ਼ਾਮ ਵੇਲਾ ਤਿਆਰ ਕਰ ਲਿੰਦੀ ਹੈ ਅਗੇ ਹੇਠ ਲਿਖੇ ਸ਼ਬਦਾ ਵਿੱਚੋਂ ਕਿਸੇ ਇੱਕ ਸ਼ਬਦ ਸਮੂਹ ਨੂੰ ਕੋਸ਼ਤਰ ਦੀਵ ਅਨੁਸਾਰ ਲਿਖੋ ਢਿੱਲਾ ਢਿੱਲੇ ਦਾ ਕੀ ਹੁੰਗਾ ਕਾਇਰ ਠਿੱਕਾ ਟਿੱਲਾ ਕਾਇਰ ਕਰਨਾ ਹੈ ਤੁਸੀਂ ਇਸ ਤਰ੍ਹਾਂ ਮਤਲਬ ਮਿਲਾ ਸਕਦੇ ਹੋ ਕਾਇਰ ਟਿਕਾਣਾ ਇਸਦੇ ਮਤਲਬ ਲਿਖਣਾ ਹੈ ਠਿੱਲਾ ਕਾਇਰ ਡਿਊਟੀ ਛਠਿਆਰ ਠਿਕਾਣਾ ਕਿਸੇ ਸ਼ਬਦ ਨੂੰ ਕੋਸ਼ ਤਬਦੀਲ ਕਰ ਲਿਖਣਾ ਹੈ ਤੁਸੀਂ ਤੇ ਇਹ ਦੂਜਾ ਹੈਗਾ ਡੰਗਰ ਦਿਉੜੀ ਤੇ ਠਿੱਲਾ ਠੀਕ ਹੈ ਇਸ ਤਰ੍ਹਾਂ ਤੁਸੀਂ ਲਿਖਣੇ ਨੇ ਅੱਗੇ 8 ਲਿਖੇ ਵਾਕਾਂ ਵਿੱਚੋਂ ਕਿਸੇ ਤਿੰਨ ਵਾਕਾਂ ਨੂੰ ਬ੍ਰੈਕਟ ਵਿੱਚ ਦਿੱਤੇ ਗਏ ਨਿਰਦੇਸ਼ ਅਨੁਸਾਰ ਵਾਕ ਬਟਾਂਦਰਾ ਕਰਨਾ ਹੈ ਹੁਣ ਵਾਕ ਬਟਾਂਦਰਾ ਕਹਿੰਦਾ ਮੇਰੀ ਇੱਛਾ ਹੈ ਕਿ ਮੈਂ ਅਮੀਰ ਹੋਵਾਂ ਕਾਸ਼ ਮੈਂ ਅਮੀਰ ਹੋਵਾਂ ਵਿਸ਼ਮੇਮਾਚਕ ਲਿਖਿਆ ਸੀ ਆਪਰੇਸ਼ਨ ਵਾਚਕ ਕੋਈ ਸੋਹਣਾ ਜਿਹਾ ਗੀਤ ਸੁਣਾਓ ਤਾਂ ਆਪਰੇਸ਼ਨ ਵਾਚਕ ਕੀ ਹੋਵੇਗਾ ਕਿ ਤੁਸੀਂ ਕੋਈ ਸੋਹਣਾ ਜਿਹਾ ਗੀਤ ਸੁਣਾਓਗੇ ਅੱਗੇ ਸਮਝਦਾਰ ਬੱਚੇ ਮਾਪਿਆਂ ਦਾ ਕਹਿਆ ਮੰਨਦੇ ਹਨ ਤਾਂ ਇਸ ਲਈ ਜਿਹੜੇ ਬੱਚੇ ਸਮਝਦਾਰ ਹੁੰਦੇ ਨੇ ਉਹ ਮਾਪਿਆਂ ਦੇ ਕਹਿਣਾ ਮੰਦੇ ਹਨ ਹੁਣ ਆਪਾਂ ਨੈਕਸਟ ਦੇਖਦੇ ਹੇਠ ਲਿਖਿਆ ਵਿੱਚੋਂ ਅਕੌਂਤਾ ਤਾਂ ਤੁਸੀਂ ਦੇਖ ਲਖਦੇ ਹੇਠ ਲਿਖਿਆ ਵਿੱਚੋਂ ਕੌਂთა ਵਿੱਚੋਂ ਕਿਸੇ ਤਿੰਨ ਨੂੰ ਵਾਕਾਂ ਵਿੱਚ ਵਰਤੋ ਜਾਂ ਉਹਨਾਂ ਦੀ ਵਰਤੋਂ ਦੀਆਂ ਸਥਿਤੀਆਂ ਦੱਸੋ ਤਾਂ ਉਹ ਜਿਹਦਾ ਭਜਦਿਆਂ ਨੂੰ ਵਾਹਨ ਇੱਕੋ ਜਿਹਾ ਹੈ ਜਾਂ ਇੱਕ ਦਰ ਬੰਦ ਦਾ ਸੋ ਦਰ ਕੋਲਾ ਤੇ ਅਗਲਾ ਹੈਗਾ ਅਸਫਰਿਆਂ ਦੀ ਲੁੱਟ ਤੇ ਕੋਲਿਆਂ ਤੇ ਮੋਰਾ ਸਾਰਾ ਜਾਂਦਾ ਵੇਖਿਆ ਅੱਧਾ ਦੇਈਏ ਵੰਡ ਤਾਂ ਅਸਫਰੀਆਂ ਦੀ ਲੁੱਟ ਤੇ ਕੋਇਲਾ ਤੇ ਮੋਰਾ ਤੇ ਹੈਗਾ ਜਦੋਂ ਕੋਈ ਕੀਮਤੀ ਚੀਜ਼ ਵੱਲ ਬੇਪਰਵਾਹੀ ਵਰਤੀ ਜਾਵੇ ਤੇ ਨਿਗੁਣੀਆਂ ਚੀਜ਼ਾਂ ਦੀ ਸੰਭਾਲ ਕੀਤੀ ਜਾਵੇ ਤਾਂ ਇਹ ਅਖਾਣ ਵਰਤੀ ਜਾਂਦੀ ਹੈ ਅੱਗੇ ਨੈਕਸਟ ਹੈਗਾ ਇਹ ਸਾਰਾ ਜਾਂਦਾ ਵੇਖੀ ਅੱਧਾ ਦਈ ਵੰਡ ਥੋੜਾ ਨੁਕਸਾਨ ਕਰਾ ਕੇ ਬਹੁਤਾ ਤਾਂ ਬਚਾਇਆ ਜਾ ਸਕੇ ਦਾ ਬਚਾ ਲੈਣਾ ਚਾਹੀਦਾ ਹੈ ਅੱਗੇ ਕੁੱਤਾ ਭੋਂਕੇ ਬੱਦਲ ਗੱਜੇ ਨਾ ਹੋ ਵੱਡੇ ਨਾ ਹੋ ਵਸੇ ਇਹ ਖਾਨ ਬੋਤਾ ਰੋਲਾ ਪਾਉਣ ਵਾਲੇ ਤੇ ਕੰਮ ਕੁਝ ਵੀ ਨਾ ਕਰਨ ਵਾਲੇ ਲਈ ਵਰਤੀ ਜਾਂਦੀ ਹੈ ਅੱਗੇ ਹੈਗਾ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖਣਾ ਹੈ ਐਵੇਂ ਨਾ ਬੁੱਤਾਂ ਤੇ ਡੋਲੀ ਜਾਂ ਪਾਣੀ ताजमहल या वारिशा तो वारिशा ਤੇ ਲਿਖਣਾ ਹੈ वारिशा ਦੀ ਕਮੇਤਾ ਅਮ੍ਰਿਤਾ ਪ੍ਰੀਤਮ ਦੀ ਰਚਨਾ ਹੈ ਇਸ ਦਾ ਕੇਂਦਰੀ ਭਾਵ ਹੈ ਟਲਿਖੇ ਅਨੁਸਾਰ ਹੈ 1947 ਦੇ ਫਿਰਕੂ ਫਸਾਦਾ ਨੇ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਹੈ ਜਿਸ ਕਰਕੇ ਇਥੋਂ ਪ੍ਰੇਮ ਪਿਆਰ ਦੀਆਂ ਗੱਲਾਂ ਖਤਮ ਹੋ ਗਈਆਂ ਪੰਜਾਬ ਸੱਭਿਆਚਾਰ ਰੁੜ ਗਿਆ ਹੈ ਪੰਜਾਬ ਤੇ ਪੰਜਾਬੀ ਨੌਜਵਾਨ ਪ੍ਰੀਤ ਨੂੰ ਭੁੱਲ ਕੇ ਇਸਤਰੀਆਂ ਉੱਪਰ ਜ਼ੁਲਮ ਢਾਉਣ ਲੱਗੇ ਅਗੇ ਨੈਕਸਟ ਹੈਗਾ ਕਿਸੇ ਇੱਕ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਚ ਲਿਖਣਾ ਹੈ ਆਪਣਾ ਦੇਸ਼ ਤੇ ਘਰ ਜਾ ਆਪਣੇ ਤਾਂ ਪਹਿਲਾ ਹੈਗਾ ਆਪਣਾ ਦੇਸ਼ ਆਪਣਾ ਦੇਸ਼ ਕਹਾਣੀ ਦੇ ਪ੍ਰਸਿੱਧ ਕਹਾਣੀਕਾਰ ਸੰਤੋਸ਼ ਸਿੰਘ ਤੀਰ ਦੀ ਰਚਨਾ ਹੈ ਇਸ ਕਹਾਣੀ ਵਿੱਚ ਲੇਖਕ ਨੇ ਅਜੋਕੇ ਯੁੱਗ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਨੂੰ ਨਵਿਕਲੇ ਢੰਗ ਨਾਲ ਪੇਸ਼ ਕੀਤਾ ਹੈ ਲੇਖਕ ਦੱਸਦਾ ਹੈ ਕਿ ਕਿਸੇ ਵਿਅਕਤੀ ਨੂੰ ਦੇਸ਼ ਹੀ ਆਪਣਾ ਲੱਗਦਾ ਹੈ ਜਿੱਥੇ ਉਹ ਜੰਮਿਆ ਪੜਿਆ ਤੇ ਰਹਿ ਰਿਹਾ ਹੁੰਦਾ ਹੈ ਤੇ ਦੇਸ਼ ਨਾਲ ਉਸ ਦੀ ਭਾਵਕ ਸਾਂਝ ਹੁੰਦੀ ਹੈ ਠੀਕ ਹੈ ਤਾਂ ਇਸ ਤਰ੍ਹਾਂ ਤੁਸੀਂ ਇਹ ਸਾਰਾ ਜਿਹੜਾ ਕਿ ਪੇਪਰ ਦੇ ਵਿੱਚ ਕਰ ਕੇ ਆਣਾ ਤੁਸੀਂ ਇਸ ਦਾ ਸਕਰੀਨ ਸ਼ਾਟ ਲੈ ਲਓ ਬੱਚਿਓ ਠੀਕ ਆ ਬਹੁਤ ਇੰਪੋਰਟੈਂਟ ਹੈ ਇਹ ਵੀ ਠੀਕ ਹੈ ਅੱਗੇ ਆਪਾਂ ਨੈਕਸਟ ਦੇਖਦੇ ਹਾਂ ਸਾਰਾ ਇੰਪੋਰਟੈਂਟ ਹੈ ਅਗਰ ਇਜੀ ਪੀਡੀਐਫ ਚਾਹੀਦੀ ਹੋਈ ਚੈਨਲ ਦੇ ਟੈਲੀਗ੍ਰam ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉੱਥੇ ਤੁਹਾਨੂੰ ਮੈਂ ਇਹਦਾ ਜਿਹੜਾ ਕਿ ਪੀਡੀਐਫ ਉੱਥੇ ਸੈਂਡ ਕਰ ਦਿੰਦੀ ਆ ਠੀਕ ਹੈ ਇਸ ਤਰ੍ਹਾਂ ਇਹ ਤੁਹਾਡਾ ਪੇਪਰ ਸੀ ਪੀਡੀਐਫ ਦਾ ਲਿੰਕ ਨੀਚੇ ਟੈਲੀਗ੍ਰam ਦਾ ਚੈਨਲ ਆਗਾ ਮੈਂ ਉੱਥੇ ਸ਼ੇਅਰ ਕਰ ਦਿੰਦੀ ਆ ਤੇ ਇਹ ਪੇਪਰ ਸੀ ਮੋਸਟ ਇੰਪੋਰਟੈਂਟ ਕੁਐਸਚਨ ਸੀਗੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ